ਹਾਂਜੀ ਦੋਸਤੋ, ਪੰਜਾਬੀ ਭਰਾਵੋ, ਹਰਿਆਣੇ ਵਾਲਿਓ, ਅੱਜ ਜਿਹੜਾ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਤੋਂ ਬੋਲ ਰਹੇ ਹਾਂਗੇ, ਜਿਹੜੀ ਹੁਣੀ ਇਹ ਤੋਂ ਪਹਿਲਾਂ ਇੱਥੇ ਬਾਰਡਰ ਪੱਟਣ ਦੇ ਵੇਲੇ ਜਿਹੜੇ ਮੁੰਡੇ ਕਿਸਾਨ ਮਜ਼ਦੂਰ ਏਕਤਾ ਵਾਲੇ ਜਿਹੜੇ ਆਪਣੇ ਹੋਏ ਸੀ, ਇੱਥੇ ਗੋਲੀ ਵੀ ਚੱਲੀ ਹੈਗੀ। ਬਾਈਆਂ ਤੋਂ ਪਤਾ ਕਰਦੇ ਹਾਂ ਵੀ ਜਿਹੜੇ ਹਾਲਾਤ ਨੇਗੇ, ਕੀ ਹਾਲਾਤ ਇੱਥੇ ਇਸ ਤੋਂ ਘੰਟਾ ਪਹਿਲਾਂ ਜਿਹੜੇ ਹੋਏ ਨੇਗੇ, ਇਹਨਾਂ ਨਾਲ ਗੱਲਬਾਤ ਆਪਾਂ ਕਰ ਰਹੇ ਹਾਂਗੇ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਤੁਸੀਂ ਉੱਥੋਂ ਆ ਰਹੇ ਹੋਗੇ? ਹਾਂ ਬਾਈ ਜੀ, ਵੇਖੋ ਜਿਹੜਾ ਇਸ ਤਰ੍ਹਾਂ ਵਾ, ਜਦੋਂ ਮਤਲਬ ਉੱਧਰੋਂ ਉਹਨਾਂ ਨੇ ਆਪਣਾ ਸਾਡੇ 'ਤੇ ਹਮਲਾ ਕੀਤਾ ਨਾ, ਤਾਂ ਸਾਡੇ 2 ਤੋਂ 3 ਮੁੰਡੇ ਤਾਂ ਜਿਹੜੇ ਆ, ਮਤਲਬ ਕਿ ਜਿਹਨਾਂ ਦੀ ਮੌਤ ਹੋ ਗਈ ਹੈ, ਤਾਂ 50 ਦੇ ਕਰੀਬ ਜਿਹੜੇ ਸਾਡੇ ਬੰਦੇ ਨੇ ਉਹਨਾਂ ਨੇ ਇੰਜਰਡ ਕਰ। ਇਹ ਜਿਹੜੀ ਮੌਤ ਹੋਈ ਆ ਭਰਾਵਾ, ਇਹ ਕਾਹਦੇ ਨਾਲ ਹੋਈ ਹੈ? ਇਹ ਉਹਨਾਂ ਨੇ ਮਤਲਬ ਕਿ ਜਿਹੜੇ 12 ਬੋਰ ਦੇ ਫਾਇਰ ਮਾਰੇ ਨੇ, ਪੱਕੇ ਸਾਨੂੰ ਪੱਕੇ ਫਾਇਰ ਮਾਰੇ ਨੇ, ਜਿਹਦੇ ਨਾਲ ਜਿਹੜੇ ਸਾਡੇ ਮਤਲਬ ਕਿ 2 ਨੌਜਵਾਨ ਤਾਂ ਸ਼ੌਹਰ ਨੇ, ਤੀਜਾ ਜਿਹੜਾ ਬੜਾ ਗੰਭੀਰ ਜ਼ਖਮੀ ਆ। ਇਹ ਬਾਈ ਜੀ, ਪਤਾ ਲੱਗਿਆ ਵੀ ਜਿਹੜੇ ਨੌਜਵਾਨ ਨੇ ਵੀ ਕਿਹੜੇ ਪਿੰਡ ਤੋਂ? ਇਹ ਇੱਕ ਨੌਜਵਾਨ ਖੋਖਰ ਕਲਾ ਦਾ, ਇੱਕ ਨੌਜਵਾਨ ਹੈਗਾ ਪਟਾਲ ਦਾ, ਤੀਜੇ ਦਾ ਜੀ ਸਾਨੂੰ ਇੱਕ ਨਵੇਂ ਗੋਂਦ ਹੈ ਜੀ ਇਹ ਖੋਖਰ। ਇਹ ਜਿਹੜਾ ਖੋਖਰ, ਇਹ ਖੋਖਰ ਹੈਗਾ ਜੀ ਲਹਿਰੇ ਗਾਗੇ ਦੇ ਕੋਲ, ਫਿਰ ਪਟਾਲ ਵੀ ਨਾਲ ਹੀ ਆ, ਪਟਾਲ ਵੀ ਨਾਲ, ਯਾਨੀ ਕਿ ਦੋਨੋਂ ਸੰਗਰੂਰ ਡਿਸਟ੍ਰਿਕਟ ਦੇ ਮੁੰਡੇ ਨੇ, ਸੰਗਰੂਰ ਡਿਸਟ੍ਰਿਕਟ ਦੇ ਰਹਿਣ ਵਾਲੇ ਮੁੰਡੇ ਨੇ, ਤੀਜਾ ਵੀ ਡਿਸਟ੍ਰਿਕਟ ਦੇ ਨੇ। ਕੁਛ ਜਿਹੜੇ ਸਾਡੇ ਮੁੰਡੇ ਨੇ, ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਨੂੰ ਚੱਕ ਕੇ ਮਤਲਬ ਕਿ ਲੈ ਗਏ ਹਰਿਆਣੇ 'ਚ। ਅੱਛਾ, ਉੱਧਰ ਹੀ ਲੈ ਗਏ? ਉੱਧਰ ਹੀ ਲੈ ਗਏ, 4-5 ਮੁੰਡੇ ਲੈ ਗਏ, ਜਿਹਨਾਂ ਦਾ ਕੋਈ ਅਤਾ ਪਤਾ ਹੀ ਨਹੀਂ ਹੈਗਾ, ਜਿਹੜੇ 10 ਤੋਂ 12 ਬੰਦੇ ਨੇ ਸਾਡੇ, ਜਿਹਨਾਂ ਨੂੰ ਲੱਤਾਂ ਤੋੜ ਕੇ ਉਹਨਾਂ ਨੂੰ ਮਤਲਬ ਕਿ ਬੋਰੀਆਂ 'ਚ ਪਾ ਕੇ ਉਹ ਲੈ ਗਏ ਨੇ। ਪਤਾ ਨਹੀਂ ਹੁੰਦਾ ਉਹਨਾਂ ਨੂੰ ਮਤਲਬ ਕਿ ਮਾਰ ਦੇਣ, ਕੁਛ ਵੀ ਕਰ ਸਕਦੇ। ਜਿਹੜਾ ਇਹ ਪੋਜੀਸ਼ਨ, ਇੱਥੇ ਕੀ ਹਾਲਾਤ ਕੀ ਨੇ ਵੀਰੇ ਹੁਣ? ਦੇਖੋ ਹਾਲਾਤ ਵੀਰ ਜੀ, ਮਤਲਬ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ। ਬਿਲਕੁਲ ਬਿਲਕੁਲ ਠੀਕ ਹੈ ਜੀ। ਜਿਹੜੀ ਮਤਲਬ ਕਿ ਪੰਜਾਬ ਸਰਕਾਰ ਹੈ, ਉਹ ਵੀ ਕੇਂਦਰ ਦੀ ਸਰਕਾਰ ਦੇ ਨਾਲ ਰਲੀ ਹੋਈ ਹੈ, ਔਰ ਜਿਹੜਾ ਮੋਦੀ ਹੈ ਅਤੇ ਹਰਿਆਣਾ ਸਰਕਾਰ ਹੈ, ਜਿਹੜਾ ਮਤਲਬ ਕਿ ਮਨੋਹਰ ਆ CM ਖੱਟੜ ਹੈ, ਉਹ ਇੰਨਾ ਜ਼ਿਆਦਾ ਅੱਤਿਆਚਾਰ ਸਾਡੇ ਨੌਜਵਾਨਾਂ 'ਤੇ ਕਰ ਰਹੇ ਆ ਕਿ ਸਿੱਧੀਆਂ ਗੋਲੀਆਂ ਮਾਰ ਰਹੇ ਆ, ਅਥਰੂ ਗੈਸ ਦੇ ਗੋਲੇ, ਗੋਲੀਆਂ, ਵੀ ਇਹੋ ਜਿਹੇ ਹਾਲਾਤ ਕਰਦੇ ਆ ਵੀ ਸ਼ਾਇਦ ਮਤਲਬ ਕਿ ਪਾਕਿਸਤਾਨ ਚੀਨ ਦੇ ਬਾਰਡਰਾਂ 'ਤੇ ਵੀ ਇਹੋ ਜਿਹੇ ਅਸੀਂ ਕਦੀ ਹਾਲਾਤ ਨਹੀਂ ਦੇਖੇ, ਤਾਂ ਬਾਹਲੇ ਮਾੜੇ ਹਾਲਾਤ ਨੇ ਕਿ ਤੁਹਾਨੂੰ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਇਹ ਆਪਾਂ ਦੇਖ ਰਹੇ ਹਾਂਗੇ, ਆਪਾਂ ਸਾਹਮਣੇ ਤੁਹਾਡੇ ਨਾਲ ਹੀ ਹਾਂ, ਤੁਹਾਡੇ ਚਿਹਰਿਆਂ ਤੋਂ ਆਪਾਂ ਨੂੰ ਪਤਾ ਲੱਗ ਰਿਹਾ। ਫਿਰ ਭਰਾ ਮੇਰੇ, ਉਹ ਜਿਹੜੇ ਆਪਣੇ ਪੰਜਾਬ 'ਚ ਵੱਸਦੇ ਆਪਣੇ ਲੋਕ, ਆਪਣੇ ਕਿਸਾਨ ਭਾਈਚਾਰੇ ਨੇਗੇ, ਉਹਨਾਂ ਵੀਰਾਂ ਨੂੰ ਜਿਵੇਂ ਆਪਣਾ ਪਹਿਲਾ ਅੰਦੋਲਨ ਚੱਲਿਆ ਸੀ, ਪੂਰਾ ਪੰਜਾਬ ਘਰਾਂ ਨੂੰ ਤਾਲੇ ਲਾ ਕੇ ਜਿਹੜਾ ਆਪਣੇ ਬਾਰਡਰਾਂ ਵੱਲ ਨੂੰ ਭੀਰਾਂ ਘੱਤਦੀਆਂ ਸੀ, ਇਸ ਟਾਈਮ ਚਲੋ ਕਈ ਜਥੇਬੰਦੀਆਂ ਨਾਲ ਹੈਗੀਆਂ ਨੇ, ਕਈ ਆਪਾਂ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੁੰਦੇ, ਪਰ ਤੁਸੀਂ ਆਪਣੇ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਅਸੀਂ ਤਾਂ ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਜਿਵੇਂ ਪਹਿਲਾਂ ਆਪਣਾ 20 ਵਾਲਾ ਅੰਦੋਲਨ ਸੀ, ਆਪ ਮਹਾਰੇ ਲੋਕ, ਬੀਬੀਆਂ, ਸਾਡੇ ਨੌਜਵਾਨ, ਸਾਡੇ ਬਜ਼ੁਰਗ ਸਾਰੇ ਇਕੱਠੇ ਹੋ ਕੇ ਹਮਲਾ ਬੋਲਿਆ ਸੀ, ਆਪਾਂ ਨੂੰ ਸਾਰਿਆਂ ਨੂੰ, ਸਾਡੇ ਸਾਰਿਆਂ ਦੀ ਸਾਂਝੀ ਲੜਾਈ ਹੈ, ਪੂਰੇ ਹਿੰਦੁਸਤਾਨ ਦੀ ਲੜਾਈ ਹੈ ਇਹ, MSP ਮਤਲਬ ਕਿ ਇੱਕ ਕਾਨੂੰਨ ਦਾ ਰੌਲਾ, ਸੁਨਾਥਨ ਰਿਪੋਰਟ ਹੈ ਜਿਹੜੀ, ਮਤਲਬ ਉਹਦੀ ਮਤਲਬ ਕਿ ਗੱਲ ਹੈ, ਨਹੀਂ ਤਾਂ ਕਿਸਾਨ ਮਰਜੂ। ਹਿੰਦੁਸਤਾਨ ਪਹਿਲਾਂ ਸਾਰਾ ਮੋਦੀ ਨੇ ਵੇਚਤਾ, ਕਾਰਪੋਰੇਟ ਘਰਾਣਿਆਂ ਦੇ ਮਤਲਬ ਕਿ ਹਵਾਲੇ ਕਰਤਾ, ਕਿਸਾਨ ਮਰ ਗਿਆ ਤੇ ਸਾਰੇ ਮਰ ਜਾਗੇ, ਕਿਸਾਨ ਮਰ ਗਿਆ ਤਾਂ ਮਜ਼ਦੂਰ ਮਰਜੂ, ਵਪਾਰੀ ਮਰਜੂ, ਹਰ ਵਰਗ ਮਰਜੂਗਾ।
ਹਿੰਦੁਸਤਾਨ ਸਾਡਾ ਪਹਿਲਾਂ ਗੁਲਾਮ ਹੋ ਗਿਆ ਵੀ ਸਾਰਿਆਂ ਨੂੰ ਇੱਕ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਜੇ ਅਸੀਂ ਅੱਡੋ ਪਾਟ ਰਹੇ ਤਾਂ ਅਸੀਂ ਇਹ ਲੜਾਈ ਜਿਹੜੀ ਹੈ ਮਤਲਬ ਕਿ ਨਹੀਂ ਲੜ ਸਕਦੇ। ਤੁਸੀਂ ਹੁਣ ਤੁਹਾਡਾ ਅਗਲਾ ਪਲਾਨ ਜਿਹੜੇ ਆਪਾਂ ਉਰੇ ਕਿਸਾਨ ਵੀਰ ਆਂਗੇ ਆਪਣਾ ਜਥੇਬੰਦੀਆਂ ਨੇ ਕੋਈ ਆਪਾਂ ਨੂੰ ਹੁਕਮ ਦਿੱਤਾ ਹੋਊਗਾ, ਆਪਣਾ ਅਗਲਾ ਪਲਾਨ ਕੀ ਹੋਊਗਾ? ਦੇਖੋ ਹੁਣ ਜੋ ਵੀ ਜਥੇਬੰਦੀਆਂ ਅਗਲਾ ਮਤਲਬ ਕਿ ਕੋਈ ਪਲਾਨ ਮਤਲਬ ਕਿ ਲੈ ਕੇ ਆਉਣਗੀਆਂ, ਜਿਹੜੀ ਵੀ ਰਣਨੀਤੀ ਬਣੂਗੀ ਉਹਦੇ ਨਾਲ ਮਤਲਬ ਕਿ ਅਗਲਾ ਪਲਾਨ ਆ ਜਿਹੜਾ ਮਤਲਬ ਕਿ ਫਿਰ ਤੁਹਾਨੂੰ ਦੱਸਾਂਗੇ, ਤਾਂ ਫਿਰ ਮਤਲਬ ਕਿ ਅੱਗੇ ਕੀ ਗੱਲ ਆਉਂਦੀ ਆ ਫਿਰ ਉਹਦਾ ਸਪਸ਼ਟੀਕਰਨ ਅਸੀਂ ਤੁਹਾਨੂੰ ਦਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਖੱਟਰ ਸਰਕਾਰ ਮੁਰਦਾਬਾਦ, ਖੱਟਰ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਕਿਸਾਨ ਆਗੂਆਂ ਦੇ ਦਿਮਾਗ 'ਚ ਕੀੜਾ ਹੁੰਦਾ ਵੀ ਅਸੀਂ ਗਏ ਨਹੀਂ, ਉਹ ਕਿਸਾਨ ਆਗੂ ਹੀ ਨੇ, ਕਿਸਾਨ ਸਾਰੇ ਇੱਥੇ ਨੇ। ਆ ਜਿੰਨੇ ਅਸਲੀ ਕਿਸਾਨ ਮੀਡੀਆ 'ਚ ਕਿ ਗੱਲ ਫੈਲਾ ਰਹੇ ਨੇ ਵੀ ਫਲਾਨੀ ਜਥੇਬੰਦੀ ਦਾ ਜੀ ਇੱਥੇ ਆਇਆ ਨਹੀਂ, ਜੇ ਆਗੂ ਨਹੀਂ ਆਏ ਡਿਸਪਿਊਟ ਚੱਲ ਰਿਹਾ। ਹਾਂ ਜੀ ਜ਼ਰੂਰ ਲਾਓ ਆਪਣਾ ਖੱਟਰ ਸਰਕਾਰ ਮੁਰਦਾਬਾਦ, ਖੱਟਰ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ, ਖੱਟਰ ਸਰਕਾਰ ਮੁਰਦਾਬਾਦ। ਸੋ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੇ ਕਿਸਾਨ ਭਰਾਵਾਂ ਦੇ ਵਿੱਚ ਜਿਨ੍ਹਾਂ ਦੇ ਹੁਣੀ 2-3 ਬੱਚੇ ਇੱਥੇ ਸ਼ਹੀਦ ਹੋ ਚੁੱਕੇ ਨੇ ਗੇ, ਉਹਨਾਂ ਦੇ ਵਿੱਚ ਜਿਹੜਾ ਤੁਹਾਨੂੰ ਰੋਸ ਹੈਗਾ ਇਹ ਆਪ ਮਹਾਰੇ ਆਏ ਹੋਏ ਮੇਰੇ ਕਿਸਾਨ ਵੀਰਾਂ ਦਾ ਰੋਸ ਆ। ਇਹ ਵੀਡੀਓ ਨੂੰ ਵੱਧ ਤੋਂ ਵੱਧ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਕਿਸਾਨ ਭਰਾਵਾਂ ਤੱਕ ਤੁਸੀਂ ਪਹੁੰਚਦੀ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਸ਼ੋਰ ਹੈ ਇਹਦੇ ਵਿੱਚ ਜਿਹੜੇ RSS ਦੇ ਤਾਂ ਮਤਲਬ ਕਿ ਬੀਜੇਪੀ ਦੇ ਗੁੰਡੇ ਉਤਾਰੇ ਨੇ ਜਿਨ੍ਹਾਂ ਨੇ ਸਾਡੇ ਬਿਨਾਂ ਉਹਨਾਂ ਦੇ ਕੋਈ ਵਰਦੀ ਨਹੀਂ ਹੈਗੀ, ਉਹ ਸਿਵਲ 'ਚ ਨੇ ਬਿਨਾਂ ਡਰੈਸ ਤੋਂ ਨੇ, ਉਹਨਾਂ ਨੇ ਸਾਡੇ ਆ ਕੇ ਮਤਲਬ ਕਿ ਸਾਡੇ ਪੰਜਾਬ ਵਾਲੇ ਬਾਰਡਰ ਨਾਲ ਸੱਬਲਾਂ ਹਥੌੜਿਆਂ ਦੇ ਨਾਲ ਵਾਰ ਕਰਕੇ ਸਾਡੇ ਸਾਰੇ ਟਰੈਕਟਰ ਕਈ ਦਿਨਾਂ ਤੋਂ ਖੜੇ, ਜਿਹੜੇ ਕਈ ਦਿਨਾਂ ਤੋਂ ਸਾਡੇ ਪੈਲੇ ਖੜੇ, ਗੱਡੀਆਂ ਵੀ ਸਾਡੀਆਂ ਤੋੜਦੀਆਂ ਖੜੇ ਹੋਏ, ਜਿਹੜੀ ਟ੍ਰੈਕ ਪੰਜਾਬ ਦੀ ਹੋਈ ਜਾਂਦਾ ਪੰਜਾਬ ਦੇ ਖਲੋਤੇ ਪੰਜਾਬ ਜਾ ਰਹੇ ਹੋ, ਜਦ ਕਿ ਉਹ ਉਹਨਾਂ ਦੀ ਹਰਿਆਣੇ ਪੁਲਿਸ ਨੇ ਨਹੀਂ ਕਰੀ, ਉਹ ਵੀ ਸਾਡੇ ਜਵਾਨ ਨੇ, ਆਪਾਂ ਸੀ ਸਾਡੇ ਆਪਣੇ ਮੁੰਡੇ ਨੇ ਜੀ, ਉਹਨਾਂ ਨੂੰ ਆਪਣੇ ਬੰਦੇ ਨੇ, ਇਹ ਜਿਹੜੇ ਮੋਦੀ ਦੇ ਗੁੰਡੇ ਨੇ ਆਪਣੇ ਪੰਜਾਬ ਦੇ ਜਿਹੜੇ ਇਹਨਾਂ ਦੇ ਗੁੰਡੇ ਪਾਲੇ ਨੇ, RSS ਦੇ ਬੰਦੇ ਨੇ, ਬੀਜੇਪੀ ਦੇ ਬੰਦੇ ਨੇ, ਇਹਨਾਂ ਨੇ ਇਹ ਸਾਰਾ ਕੁਝ ਕੀਤਾ। ਬਿਲਕੁਲ ਬਿਲਕੁਲ ਦੋਸਤੋ ਦੇਖ ਲਓ ਪੰਜਾਬ ਵਾਸੀਓ, ਹਰਿਆਣੇ ਵਾਲੇ ਜ਼ਿਮੀਦਾਰ ਭਰਾਵੋ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰੋ ਜਿਹੜੇ ਕਿ ਇੱਥੇ ਆਪਣੇ ਆ ਕੇ ਇਹ ਭਰਾਵਾਂ ਦਾ ਸਾਥ ਦੇਣ ਤਾਂ ਕਿ ਜਿਹੜੇ ਆਉਣ ਵਾਲੇ ਹਾਲਾਤ ਨੇ ਉਹ ਠੀਕ ਹੋ ਸਕਣ।